हेलो जी, सलाम आदाब नमस्ते सत श्री अकाल ते जय साईं जी दी। मेरे वालों जी ते मैं तुहाडा अपना देव हीर ते तुसी देख रहे हो जी मेरा यूट्यूब चैनल देव हीर व्लॉग्स। ते जे तुसी इस चैनल ते पहली बार ही आए हो तो चैनल नू सबसक्राइब जरूर कर लो जी ते बैल आइकन नू ऑन करना ना भुल्यो ताकि तुहानू आने वाली हर एक नवी वीडियो की अपडेट अपने आप मिलती रहे। तो आओ शुरू करते हैं जी अज का किस्सा। अज का जिहड़ा मैं तुहाडे नाल किस्सा शेयर करना जी, वो किस्सा मैनू किसी ने भेजा नहीं भी तुसी शेयर करो। ये किस्सा मैं आमो सामने बैठ के सुनिया होया ते जिन्होंने मैनू ये किस्सा सुनाया वो बंदे दा नाम जी सुभाष नाम आ उहदा। ते वो कहिंदा जी मैं उस टाइम दे विच जदों दरबार दा काम शुरू होया सी साईं जी दे टाइम दे विच, उस टाइम दे विच कहिंदा जी मैं उत्थे जिहड़ा फर्श दे उत्ते टाइलां लगदियां सीगियां वो टाइलां दा काम कीता होया। मतलब कि बंदा मिस्त्री सी उस टाइम दे विच, अज भी मेरे ख्याल नाल मिस्त्री ही आ वो। पर वो कहिंदा मैं उस टाइम दे विच नकोदर दरबार साईं जी दे दरबार दे विच मैं टाइलां दा काम कीता होया। ते कहिंदा जी होया की के जदों सानू इदां करके हुक्म होया कि टाइलां दा काम करना उत्थे दरबार दे विच, तां कहिंदा जी असीं तैयार हो गए साईं जी नूं मिले भी। कहिंदे ठीक है जी। कहिंदे मैं रोड रोलर वाले नाल गल कीती भी उह कच्चा सीगा सारा उत्थे जिहड़ा वेहड़ा सी, रोड रोलर फेरना पैणा सी। साईं जी नूं पुछिया कहिंदे कर ला गल। रोड रोलर वाले नाल गल कीती जी, वह कहिंदा 2000 रुपया मैं दिहाड़ी लैनी आ। तां साईं जी नूं दस्सिया भी 2000 रुपया मंगदा एक दिन का। तां साईं जी कहिंदे भी कोई गल नहीं, जिन्ने मंगदा तू मैं दे दूंगा, तू कम शुरू करवा। कहिंदे जी जिहड़ा मेरा ठेकेदार सी उह थोड़ा लालची हिसाब दा सी, तां जी असीं कहिंदे कम शुरू कीता। उत्थे कहिंदा जी लगियां 5 दिहाड़ियां, 5 दिहाड़ियां लगियां तां 2000 दे हिसाब नाल बनदा सी 10000 रुपया। ਤਾਂ ਜੀ ਕਹਿੰਦੇ ਮੇਰਾ ਠੇਕੇਦਾਰ ਜਦੋਂ ਦਿਹਾੜੀਆਂ ਪੂਰੀਆਂ ਹੋ ਗਈਆਂ ਤਾਂ ਮੈਨੂੰ ਕਹਿੰਦਾ ਵੀ ਯਾਰ ਇਹਨੂੰ ਬਾਬੇ ਨੂੰ ਕਿਹੜਾ ਪਤਾ ਲੱਗਦਾ ਵੀ ਤੂੰ 6 ਦਿਹਾੜੀਆਂ ਦੱਸ ਕੇ ਪੈਸੇ ਲੈ ਲਾ। ਕਹਿੰਦਾ ਜੀ ਮੈਂ ਕਿਹਾ ਵੀ ਮੈਂ ਨਹੀਂ ਬਾਈ, ਤੂੰ ਆਪ ਗੱਲ ਕਰ ਲਾ। ਤਾਂ ਜੀ ਮੇਰੇ ਠੇਕੇਦਾਰ ਨੇ ਸਾਈਂ ਜੀ ਦੇ ਨਾਲ ਗੱਲ ਕੀਤੀ ਕਿ ਇੱਦਾਂ ਸਾਡੀਆਂ 6 ਦਿਹਾੜੀਆਂ ਲੱਗੀਆਂ, ਤੁਸੀਂ ਸਾਡਾ 12000 ਰੁਪਇਆ ਬਣ ਲਓ, ਸਾਨੂੰ ਪੈਸੇ ਦੇ ਦਿਓ। ਸਾਈਂ ਜੀ ਨੇ ਜੀ ਕਹਿੰਦੇ ਸਾਡੇ ਸਾਰਿਆਂ ਦੇ ਸਾਹਮਣੇ ਉਹਨੂੰ ਗਿਣ ਕੇ 12000 ਰੁਪਇਆ ਦੇਤਾ। ਉਹਨੇ ਵੀ ਗਿਣਿਆ 12000 ਰੁਪਇਆ ਅਤੇ ਜੇਬ 'ਚ ਪਾ ਲਿਆ। ਉਹਨੇ ਬਾਅਦ 'ਚ ਮੈਨੂੰ ਦੱਸਿਆ ਕਹਿੰਦਾ ਮੈਂ ਸੋਚਿਆ ਸੀ ਵੀ ਚੱਲ ਯਾਰ 10000 ਰੁਪਇਆ ਜਿਹੜਾ ਖਰਚਾ ਪਾਣੀ ਹੋਊਗਾ 2000 ਰੁਪਇਆ ਮੈਂ ਆਪਣਾ ਅਲੱਗ ਰੱਖੂੰਗਾ। ਉੱਥੋਂ ਪੈਸੇ ਗਿਣ ਕੇ ਘਰ ਚਲ ਗਿਆ। ਘਰ ਜਾ ਕੇ ਉਹ ਬੰਦੇ ਦਾ ਕਹਿੰਦੇ ਜੀ ਸੁਭਾਸ਼ ਨੂੰ ਫੋਨ ਆਇਆ। ਕਹਿੰਦਾ ਮੈਨੂੰ ਫੋਨ ਕਰਕੇ ਉਹ ਕਹਿੰਦਾ ਪਿਆ ਯਾਰ ਸੁਭਾਸ਼ ਵੀ ਪੈਸੇ ਘੱਟ ਨੇ। ਕਹਿੰਦਾ ਜੀ ਮੈਂ ਪੁੱਛਿਆ ਵੀ ਕਿੰਨੇ ਨੇ। ਕਹਿੰਦਾ ਵੀ ਯਾਰ ਉੱਥੇ ਮੈਂ 12000 ਰੁਪਇਆ ਗਿਣਿਆ ਸੀ ਪਰ ਹੁਣ ਮੈਂ ਕੱਢ ਕੇ ਗਿਣ ਰਿਹਾ ਤਾਂ 10000 ਰੁਪਇਆ ਆਇਆ। ਕਹਿੰਦਾ ਮੈਂ ਉਹਨੂੰ ਕਿਹਾ ਵੀ ਦੁਬਾਰਾ ਗਿਣ ਲਾ। ਕਹਿੰਦਾ ਮੈਂ ਬਹੁਤ ਵਾਰੀ ਗਿਣ ਲਿਆ ਵੀ ਮੈਂ ਜੇਬ 'ਚ 12 ਪਾਇਆ ਸੀ ਪਰ ਮੈਂ ਕੱਢਿਆ ਤਾਂ 10000 ਰੁਪਇਆ। ਕਹਿੰਦਾ ਜਦੋਂ ਉਹਨੇ ਇੰਨੀ ਗੱਲ ਕਹੀ ਤਾਂ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਕਿ ਯਾਰ ਇਹ ਜਿਹੜਾ ਬਾਬਾ ਆ ਨਕੋਦਰ ਵਾਲਾ ਵੀ ਇਹ ਸੱਚੀ ਕੋਈ ਚੀਜ਼ ਆ, ਇਹ ਐਵੇਂ ਨਹੀਂ ਵੀ ਜਿਹੜੀ ਇੰਨੀ ਦੁਨੀਆ ਆ ਕੇ ਇਹਨੂੰ ਮੱਥੇ ਟੇਕਦੀ ਪਈ ਆ। ਤਾਂ ਉਸ ਤੋਂ ਬਾਅਦ ਕਹਿੰਦਾ ਮੈਂ ਦੁਬਾਰਾ ਸੁਭਾਸ਼ ਕਹਿੰਦਾ ਮੈਂ ਮੱਥਾ ਟੇਕਿਆ ਵੀ ਮੇਰੀ ਕੋਈ ਗਲਤੀ ਨਹੀਂ, ਜਾਂ ਮੈਂ ਸ਼ੁਕਰ ਆ ਵੀ ਮੈਂ ਆਪਣੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਲੈ ਕੇ ਆਇਆ। ਮੇਰੇ ਠੇਕੇਦਾਰ ਨੇ ਸੋਚਿਆ ਸੀ ਉਹਦੇ ਨਾਲ ਜਿਹੜਾ ਹਿਸਾਬ ਸੀ ਉਹ ਹੋ ਗਿਆ ਵੀ ਮੈਂ ਸਾਈਂ ਜੀ ਦੇ ਨਾਮ 'ਤੇ ਮੈਂ ਸੇਵਾ ਕੀਤੀ ਸੀ ਅਤੇ ਸ਼ੁਕਰ ਆ ਵੀ ਮਨ ਦੇ ਵਿੱਚ ਕੋਈ ਲਾਲਚ ਨਹੀਂ ਲੈ ਕੇ ਆਇਆ। ਸੋ ਇਹ ਸੀ ਜੀ ਇੱਕ ਸੁਭਾਸ਼ ਦਾ ਦੱਸਿਆ ਕਿੱਸਾ ਜੋ ਉਹਦੇ ਨਾਲ ਹੋਇਆ। ਅਤੇ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਕਦੇ ਵੀ ਉਹਨਾਂ ਦੇ ਨਾਲ ਇਹ ਨਾ ਸੋਚ ਕੇ ਚੱਲਿਓ ਕਿ ਯਾਰ ਲਾਲਚ ਨੂੰ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਠੱਗੀ ਲਾ ਲਈਏ। ਕਿ ਜਿਵੇਂ ਉਹਦੇ ਸੁਭਾਸ਼ ਦੇ ਠੇਕੇਦਾਰ ਨੇ ਸੋਚਿਆ ਕਿ ਚੱਲ ਯਾਰ ਬਾਬਾ ਇਹਨੂੰ ਕਿਹੜਾ ਪਤਾ ਲੱਗਦਾ ਵੀ ਆਪਾਂ ਠੱਗੀ ਲਾ ਲੈਂਦੇ ਹਾਂ, ਪਰ ਠੱਗੀ ਲਾਉਣ ਲੱਗਿਆ ਤਾਂ ਹੋਇਆ ਕੀ, ਜਿੰਨਾ ਬਣਦਾ ਸੀ ਉਨਾ ਹੀ ਮਿਲਿਆ, ਜਿਹੜੀ ਠੱਗੀ ਵਾਲੇ ਸੀ ਉਹ ਕੁਛ ਨਹੀਂ ਮਿਲਿਆ। ਸੋ ਜੀ ਜੇ ਕਿੱਸਾ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਅਤੇ ਆਪਣਾ ਕੋਈ ਕਿੱਸੇ ਨੇ ਕਿੱਸਾ ਸ਼ੇਅਰ ਕਰਨਾ ਹੋਵੇ ਤਾਂ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ਜੀ। ਜੈ ਸਾਈਂ ਜੀ ਦੀ।